ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸੀ ਸੰਧੂ ਅੱਜ ਤੁਸੀਂ ਸੁਣੋਗੇ ਸਰਦਾਰ ਸੰਤੋਖ ਸਿੰਘ ਤੀਰਸ ਜੀ ਹੁਣਾਂ ਦੀ ਲਿਖੀ ਬਹੁਤ ਹੀ ਪਿਆਰੀ ਕਹਾਣੀ ਆਪਣਾ ਦੇਸ਼ ਆਪਣੀ ਮਾਤਾ ਪਿਤਾ ਨਾਲ ਦੂਹਾਂ ਹੀ ਭਾਵਾਂ ਨੂੰ ਪਾਰਤ ਤੋਂ ਕੈਨੇਡਾ ਗਿਆ ਸੋਨਾ ਵਰੇ ਹੋ ਚੁੱਕੇ ਸਨ ਤੇ ਇੰਨਾ ਸੋਲਾ ਵਰਿਆਂ ਵਿੱਚ ਉਹ ਇੱਕ ਵੀ ਵਾਰ ਆਪਣੇ ਦੇਸ਼ ਭਾਰਤ ਨਹੀਂ ਆਏ ਸਨ ਇੱਕ ਦੀ ਉਮਰ ਇੱਕ ਸਾਲ ਦੀ ਦੂਜੇ ਦੀ 2 ਸਾਲ ਦੀ ਜਦੋਂ ਉਹ ਇੱਥੋਂ ਗਏ ਸਨ ਹੁਣ ਉਹ ਭਾਰਤ ਆਏ ਸਨ ਐਸ ਲਈ ਉਹ ਭਾਰਤ ਨੂੰ ਕੁਝ ਐਉਂ ਦੇਖ ਰਏ ਸਨ ਜਿਵੇਂ ਕੋਈ ਵਿਦੇਸ਼ੀ ਜਾਂ ਅਨੋਬੜ ਦੇਖਦਾ ਹੁੰਦਾ ਉਹਨਾਂ ਲਈ ਭਾਰਤ ਆਪਣਾ ਨਹੀਂ ਕਿਸੇ ਹੋਰ ਦਾ ਦੇਸ਼ ਹੀ ਸੀ ਉਹਨਾਂ ਦਾ ਦੇਸ਼ ਕੈਨੇਡਾ ਸੀ ਸਾਨੂੰ ਭਾਵੇਂ ਪੰਜਾਬੀ ਇਸ ਇੱਕ ਮਾਤਾ ਪਿਤਾ ਦੇ ਜੰਮੇ ਜਾਏ ਨਰੰજન ਸਿੰਘ ਉਹਨਾਂ ਦਾ ਪਿਤਾ ਜਾਣ ਬੁੱਝ ਕੇ ਉਹਨਾਂ ਨੂੰ ਹੁਣ ਭਾਰਤ ਲੈ ਕੇ ਆਇਆ ਸੀ ਐਸ ਲਈ ਕਿ ਉਹ ਵੀ ਆਪਣੇ ਦੇਸ਼ ਭਾਰਤ ਨੂੰ ਦੇਖ ਸਕਣ ਕਿਉਂਕਿ ਉਹਨਾਂ ਨੇ ਭਾਰਤ ਓਕਾ ਹੀ ਨਹੀਂ ਸੀ ਦੇਖਿਆ ਹੋਇਆ ਕੀ ਸੋਚ ਸੀ ਉਹਨਾਂ ਨੂੰ ਜਦੋਂ ਇੱਥੋਂ ਗਏ ਸਨ ਬਸ ਉਹਨਾਂ ਦਾ ਜਨਮ ਹੀ ਇੱਥੇ ਲਿਆ ਹੋਇਆ ਸੀ ਇਸ ਤੋਂ ਬਿਨਾ ਖੁਰਸਬੰਦ ਕੋਈ ਉਹਨਾਂ ਦਾ ਇੱਥੇ ਨਹੀਂ ਸੀ ਵਰਾਵਰਾ ਦੋ ਦੋ ਬਰੇ ਦੇ ਬਾਲਤਾਂ ਸਾਨੂੰ ਹੀ ਕੋਲ ਕੀ ਲਗਾਓ ਹੋ ਸਕਦਾ ਸੀ ਉਹਨਾਂ ਨੂੰ ਇਸ ਧਰਤੀ ਨਾਲ ਉਹਨਾਂ ਦਾ ਲਗਾਓ ਤਾਂ ਕੈਨੇਡਾ ਦੀ ਧਰਤੀ ਨਾਲ ਸੀ ਕੈਨੇਡਾ ਦੀ ਬਿਰਸ਼ ਬੂਟੀਆਂ ਨਾਲ ਉਥੋਂ ਦੇ ਵਾਤਾਵਰਣ ਦੀ ਉਹਨਾਂ ਨੂੰ ਸਮਝ ਆ ਸਕਦੀ ਸੀ ਕੈਨੇਡਾ ਵਿੱਚ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਇਹ ਪੰਜਾਬੀ ਬੋਲ ਉਹਨਾਂ ਦੇ ਕੰਨਾਂ ਵਿੱਚ ਵੀ ਪੈਂਦੇ ਸਨ ਉਹਨਾਂ ਦਾ ਲਗਾਓ ਤਾਂ ਕੈਨੇਡਾ ਦੀ ਧਰਤੀ ਨਾਲ ਸੀ ਕੈਨੇਡਾ ਦੇ ਬਿਰਸ਼ ਬੂਟੀਆਂ ਨਾਲ ਉਥੋਂ ਦੇ ਵਾਤਾਵਰਣ ਦੀ ਉਹਨਾਂ ਨੂੰ ਸਮਝ ਆ ਸਕਦੀ ਸੀ ਕੈਨੇਡਾ ਵਿੱਚ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਇਹ ਪੰਜਾਬੀ ਬੋਲ ਇਹਨਾਂ ਦੇ ਕੰਨਾਂ ਵਿੱਚ ਵੀ ਪੈਂਦੇ ਸਨ ਪਰ ਭੁੱਲਣ ਵੇਲੇ ਇਹਨਾਂ ਦਾ ਉਚਾਰਨ ਉਹ ਨਹੀਂ ਸੀ ਹੁੰਦੇ ਸਨ ਜੋ ਉਹਨਾਂ ਦੇ ਮਾਤਾ ਪਿਤਾ ਜਾਂ ਦਾਦੇ ਦਾਦੀ ਦੇ ਹੁੰਦੇ ਸਨ ਉਹਨਾਂ ਦੇ ਪੰਜਾਬੀ ਲਫ਼ਜ਼ ਮੱਲੋ ਮੱਲੇ ਅੰਗਰੇਜ਼ੀ ਲਬੋ ਲਹਿਜੇ ਦੇ ਹੋ ਜਾਂਦੇ ਸਨ ਉਹ ਮੀਜ਼ ਨਹੀਂ ਕਹਿ ਸਕਦੇ ਸਨ ਟੇਬਲ ਆਖ ਸਕਦੇ ਸਨ ਪੁਸਤਕ ਜਾਂ ਕਿਤਾਬ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ ਕੇਵਲ ਉਹ ਕਾਖਣ ਨਾਲ ਹੀ ਉਹਨਾਂ ਨੂੰ ਸਮਝ ਪੈ ਸਕਦੀ ਸੀ ਬੂਹਾ ਬਾਰੀ ਤਉ ਕਈ ਉਹ ਸਮਝ ਨਹੀਂ ਸਕਦੇ ਸਨ ਉਹਨਾਂ ਲਈ ਐ ਡੋਰ ਤੇ ਵਿੰਡੋ ਹੀ ਹੋ ਸਕਦੇ ਸਨ ਵਿੱਡੋ ਵੀ ਫਿਰ ਵਿੰਡੋ ਨਹੀਂ ਉਹਨਾਂ ਲਈ ਐ ਵਿੰਡਾ ਹੀ ਸੀ ਜਿਵੇਂ ਯੈਸ ਯੈਸ ਨਹੀਂ ਉਹਨਾਂ ਲਈ ਯਾ ਹੀ ਸੀ ਅੰਗਰੇਜ਼ੀ ਉਹ ਬੜੀ ਸੋਹਣੀ ਤੇ ਸਥਾਨਿਕ ਬੋਲ ਸਕਦੇ ਸਨ ਪੰਜਾਬੀ ਨਹੀਂ ਪੰਜਾਬੀਓ ਐਉਂ ਬੋਲਦੇ ਸਨ ਜਿਵੇਂ ਕੋਈ ਵਿਦੇਸ਼ੀ ਸਿੱਖ ਸੁਖ ਕੇ ਬੋਲਦਾ ਹੁੰਦਾ ਨਰਿੰਦਰ ਸਿੰਘ ਪੜਿਆ ਲਿਖਿਆ ਸੋਜਵਾਨ ਵਿਅਕਤੀ ਸੀ ਬੀਏ ਬੀਐਡ ਪਾਸ ਸੀ ਤੇ ਇਧਰ ਉਹ ਪੰਜਾਬ ਵਿੱਚ ਟੀਚਰ ਲੱਗਾ ਹੁੰਦਾ ਸੀ ਖੱਬੇ ਪੱਖੀ ਜਾਗਰਤ ਵਿਚਾਰਤਾਰਾ ਦਾ ਧਾਰਨੀ ਲੀ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦਾ ਜੰਪਲ ਮੋਗੇਵਾਲ ਸੀ ਪਿੰਡੋ ਦਾ ਗੁਜ਼ਾਰਾ ਮਾੜਾ ਨਹੀਂ ਸੀ ਪਰ ਹੋਰ ਵੀ ਚੰਗੇ ਜੀਵਨ ਲਈ ਉਹ ਇਹ ਤੋਂ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਸੀ ਤੇ ਅੱਜਕੱਲ ਉਹ ਉੱਥੇ ਵੈਨਕੂਵਰ ਵਿੱਚ ਰਹਿ ਰਿਹਾ ਸੀ ਆਪ ਤਾਂ ਪੂਰਾ ਪੂਰਾ ਪੰਜਾਬੀ ਤੇ ਭਾਰਤੀ ਸੀ ਪਰ ਉਹਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਜੀ ਰਹਿੰਦੀ ਕਿ ਉਹ ਵੀ ਉਹਦੇ ਵਾਂਗ ਪੰਜਾਬੀ ਭਾਰਤੀ ਹੋਣ ਐਸ ਸਮੱਸਿਆ ਭਾਵੇਂ ਉਸ ਇਕੱਲੇ ਦੀ ਨਹੀਂ ਸੀ ਸਾਰੇ ਉਹਨਾਂ ਪੰਜਾਬੀਆਂ ਤੇ ਭਾਰਤੀਆਂ ਦੀ ਸਾਂਝੀ ਸੀ ਜੋ ਉਸ ਵਾਂਗ ਹੀ ਇੱਥੋਂ ਜਾ ਕੇ ਇੰਗਲੈਂਡ ਅਮਰੀਕਾ ਜਾ ਕੈਨੇਡਾ ਵਸੇ ਹੋਏ ਸਨ ਤਾਂ ਵੀ ਜਿਵੇਂ ਉਹਨੂੰ ਇਹ ਕੁਝ ਬਹੁਤ ਹੀ ਮਹਿਸੂਸ ਹੁੰਦਾ ਰਹਿੰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਆਪਣੀ ਬੋਲੀ ਤੇ ਸੱਭਿਆਚਾਰ ਦਾ ਕੀ ਮਹੱਤਤਾ ਹੈ ਐਨਾ ਤੋਂ ਬਿਨਾ ਤਾਂ ਜਿਵੇਂ ਬੰਦਾ ਉੱਕਾ ਕੁਝ ਵੀ ਨਹੀਂ ਆ ਠੀਕ ਹੀ ਕੈਨੇਡਾ ਵਿੱਚ ਉਹ ਐਨਾ ਆਪਣੇ ਪੁੱਤਰਾਂ ਨੂੰ ਉਹ ਸਭ ਕੁਝ ਦੱਸਦਾ ਹੁੰਦਾ ਸੀ ਜੋ ਭਾਰਤ ਜਾਂ ਪੰਜਾਬ ਬਾਰੇ ਉਹਨਾਂ ਲਈ ਜ਼ਰੂਰੀ ਸੀ ਰਮਾਇਣ ਮਹਾਭਾਰਤ ਤੇ ਗੁਰੂ ਗ੍ਰੰਥ ਸਾਹਿਬਾਰੇ ਉਹ ਉਹਨਾਂ ਨੂੰ ਦੱਸਦਾ ਹੁੰਦਾ ਸੀ ਇੱਥੋਂ ਦੇ ਦਰਿਆਵਾਂ ਤੇ ਪਹਾੜਾਂ ਬਾਰੇ ਵੀ ਪੰਜਾਬ ਵਿੱਚ ਕਦੇ ਪੰਜ ਦਰਿਆ ਵਗਦੇ ਹੁੰਦੇ ਸਨ ਪਰ ਹੁਣ ਇਹ ਦੋ ਰਹਿ ਗਏ ਹਨ ਤਿੰਨ ਦੂਜੇ ਪਾਸੇ ਪਾਕਿਸਤਾਨ ਵਿੱਚ ਚਲੇ ਗਏ ਹਨ ਪਾਕਿਸਤਾਨ ਹਿੰਦੁਸਤਾਨ ਨੂੰ ਕੱਟ ਕੇ ਬਣਾਇਆ ਗਿਆ ਪਹਿਲਾਂ ਪਾਕਿਸਤਾਨ ਸਾਰਾ ਇੰਡੀਆ ਵਿੱਚ ਹੁੰਦਾ ਸੀ ਪਾਕਿਸਤਾਨ ਤਾਂ ਕੱਲ ਬਣਿਆ ਵਾ ਗੁਰੂ ਗ੍ਰੰਥ ਸਾਹਿਬ ਉਹਨਾਂ ਵੈਨਕੁਅਰ ਗੁਰਦੁਆਰੇ ਵਿੱਚ ਬਹੁਤ ਦੇਖਿਆ ਸੀ ਰੇਸ਼ਮੀ ਰਮਾਲਿਆਂ ਤੇ ਬੜੀ ਹੀ ਸੁੰਦਰ ਪਾਲਕੀ ਵਿੱਚ ਸੰਡੇ ਨੂੰ ਉਹ ਡੈਡ ਨਾਲ ਬਹੁਤ ਵਾਰ ਵੈਨਕੁਅਰ ਗੁਰਦੁਆਰੇ ਗਏ ਹਨ ਇਹ ਵੀ ਦੱਸਿਆ ਹੋਇਆ ਸੀ ਕਿ ਆਪਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਆ ਤੇ ਆਪਣੇ 10 ਗੁਰੂ ਹਨ ਤੇ ਸਭ ਤੋਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਹਨ ਉਹਨਾਂ ਨੇ ਦਸਾਂ ਗੁਰੂਆਂ ਦੀਆਂ ਤਸਵੀਰਾਂ ਵੀ ਦੇਖੀਆਂ ਹੋਈਆਂ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਤਸਵੀਰ ਦੇਖ ਕੇ ਇੱਕ ਨੇ ਕਿਹਾ ਡੈਡ ਐ ਚਾਈਲਡ ਵੀ ਗੁਰੂ ਸੀ ਹਾਂ ਐਵੀ ਗੁਰੂ ਸਨ ਚਾਈਲਡ ਨਾ ਕਹੋ ਬਾਬਾ ਜੀ ਕਹੋ ਗੁਰੂ ਮਹਾਰਾਜ ਕਹੋ ਇਹ ਆਪਣੇ 8ਵੇਂ ਗੁਰੂ ਸਨ ਨਮਸਕਾਰ ਕਰੋ ਬੇਟਾ ਨਮਸਕਾਰ ਕਰੋ ਉਹਨੇ ਆਪਣੇ ਹੱਥ ਜੋੜ ਕੇ ਨਮਸਕਾਰ ਕਰਕੇ ਕਿਹਾ ਐਉਂ ਕਰੋ ਨਮਸਕਾਰ ਉਹਨਾਂ ਦੂਹਾ ਨੇ ਹੱਥ ਜੋੜ ਕੇ ਉਵੇਂ ਹੀ ਨਮਸਕਾਰ ਕੀਤਾ ਪਰ ਉਪਰਿਆਂ ਜਿਹਾ ਵਾਂਗ ਕਿਉਂਕਿ ਉਹ ਉਸ ਵਾਂਗ ਤਾਂ ਉਹਨਾਂ ਨੂੰ ਕਰਨਾ ਹੀ ਨਹੀਂ ਸੀ ਹੁੰਦਾ ਰਮਾਇਣ ਤੇ ਮਹਾਭਾਰਤ ਦੇ ਭਾਰਤ ਵਿੱਚ ਟੀਵੀ ਲਈ ਸੀਰੀਅਲ ਬਣ ਚੁੱਕੇ ਸਨ ਇਹਨਾਂ ਦੀਆਂ ਕੈਸਟਾਂ ਕੈਨੇਡਾ ਵਿੱਚ ਵੀ ਪੁੱਜ ਗਈਆਂ ਸਨ ਉਹਨੇ ਵੀ ਸੀ ਆ ਰਹੀਏ ਕੈਸਟਾਂ ਟੀਵੀ ਉੱਤੇ ਉਹ ਬੱਚਿਆਂ ਨੂੰ ਦਿਖਾਈਆਂ ਸਨ ਪਰ ਉਹਨਾਂ ਨੂੰ ਕੁਝ ਬਹੁਤੀ ਇਹਨਾਂ ਦੀ ਸਮਝ ਨਹੀਂ ਸੀ ਆ ਸਕੀ ਕਿਉਂਕਿ ਪਾਰ ਦੇ ਬੱਚਿਆਂ ਵਾਂਗ ਐ ਉਹਨਾਂ ਦੇ ਆਪਣੇ ਜੀਵਨ ਵਿੱਚ ਰਚੀਆਂ-ਮਿਚੀਆਂ ਨਹੀਂ ਸਨ ਪਾਰ ਦੇ ਬੱਚਿਆਂ ਦੀ ਤਾਂ ਐ ਖੂਨ ਵਿੱਚ ਰਚੀਆਂ ਹੁੰਦੀਆਂ ਹਨ ਰਮਾਇਣ ਵਿੱਚ ਹਨੂਮਾਨ ਤੇ ਉਹਨਾਂ ਦੀ ਬਨਰ ਸੈਨਾ ਉਹਨਾਂ ਨੂੰ ਬੜੀ ਹੀ ਅਦੁੱਪੁੱਤ ਲੱਗੀ ਸੀ ਉਨ੍ਹਾਂ ਵਿੱਚੋਂ ਹਨੂਮਾਨ ਨੂੰ ਦੇਖ ਕੇ ਕਿਨੇ ਗਿਆ ਸੀ ਡੈਡੀ ਇੰਡੀਆ ਵਿੱਚ ਪੂਛਾਂ ਵਾਲੇ ਲੋਕ ਵੀ ਹਨ ਨਹੀਂ ਉਹਨੇ ਹੱਸ ਕੇ ਕਿਹਾ ਫੇਰ ਇਹ ਕਿੱਥੋਂ ਆ ਗਏ ਇਹ ਗੱਲ ਕੁਝ ਹੋਰ ਹੈ ਇਹ ਘੜੀ ਹੋਈ ਕਹਾਣੀ ਹੈ ਇਹ ਉਹ ਬਹੁਤ ਸੱਚ ਨਹੀਂ ਫੇਰ ਇਹ ਘੜੀ ਕਿਉਂ ਗਈਏ ਝੂਠ ਇਹ ਪ੍ਰਾਚੀਨ ਕਹਾਣੀ ਹੈ ਇਹ ਐਸੇ ਤਰ੍ਹਾਂ ਹੀ ਹੁੰਦੀ ਹੈ ਘੜੀ ਹੋਈ ਮਨੋਕਲਪਤ ਇਹਨੂੰ ਇਤਿਹਾਸ ਕਹਿੰਦੇ ਹਨ ਅੰਗਰੇਜ਼ੀ ਵਿੱਚ ਮਾਈਥੋਲੋਜੀ ਇਹ ਹਰ ਕੌਮ ਦੀ ਹੁੰਦੀ ਹੈ ਮਿਸਰ ਦੀ ਜੁਨਾਨ ਦੀ ਚੀਨ ਦੀ ਐ ਆਪਣੀ ਏ ਐ ਆਪਣੇ ਭਾਰਤ ਦੀ ਰੂਹ ਏ ਅੱਛਾ ਐ ਰੂਹ ਏ ਤੇ ਉਹ ਹੱਸ ਪਏ ਨਰਿੰਦਰ ਸਿੰਘ ਨੇ ਸੋਚਿਆ ਕਿ ਜੇ ਬੱਚੇ ਇੱਥੇ ਜਵਾਨ ਹੁੰਦੇ ਜਾ ਰਹੇ ਹਨ ਹੋਰ ਬਰੇ ਲੰਘ ਗਏ ਤਾਂ ਹੋਰ ਵੱਡੇ ਹੋ ਜਾਣਗੇ ਤਾਂ ਫਿਰ ਇਹ ਹੁੱਕਾ ਹੀ ਭਾਰਤ ਨੂੰ ਜਾਣ ਹੀ ਨਹੀਂ ਸਕਣਗੇ ਆਪਣੀ ਮਾਤਰੀ ਭੂਮੀ ਨੂੰ ਇਹਨਾਂ ਨੂੰ ਹੁਣ ਭਾਰਤ ਤੇ ਪੰਜਾਬ ਲੈ ਜਾਣਾ ਚਾਹੀਦਾ ਏ ਦਿੱਲੀ ਦੇਖਣਾ ਮੋਗਾ ਦੇਖਣਾ ਤਾਜ ਦੇਖਣ ਪਿੰਡ ਦੇਖਣ ਅਮ੍ਰitsar ਦੇ ਦਰਬਾਰ ਸਾਹਿਬ ਤਾਂ ਅਵਸ਼ੀ ਦੇਖਣਾ ਚਾਹੀਦਾ ਏ ਤੇ ਜਲਿਆਂਵਾਲਾ ਬਾਗ ਇਹਨਾਂ ਨੂੰ ਤਾਂ ਜਲਿਆਂਵਾਲਾ ਬਾਗ ਦਾ ਉੱਕਾ ਹੀ ਪਤਾ ਨਹੀਂ ਤੇ ਉਹਨਾਂ ਨੂੰ ਦਸੰਬਰ ਦੇ ਅੱਧ ਵਿੱਚ ਕਾਰਜੇ ਇੰਡੀਆ ਲੈ ਕੇ ਆ ਗਿਆ ਸੀ ਹੁਣ ਉਹਨਾਂ ਨੂੰ ਇਧਰ ਉਧਰ ਪੰਜਾਬ ਦੇ ਹੋਰ ਥਾਈਂ ਸੈਰ ਕਰਾਉਂਦਾ ਫਿਰ ਰਿਹਾ ਸੀ ਉਸਦੇ ਆਪਣੇ ਪਿੰਡ ਵਿੱਚ ਵੀ ਕਿਸੇ ਕੋਲ ਇੱਕ ਵੈਨ ਸੀ ਜੋ ਆਪ ਡਰਾਈਵ ਕਰਕੇ ਉਹਨੂੰ ਟੈਕਸੀ ਵਜੋਂਗਾਉਂਦਾ ਸੀ ਉਹਨੇ ਸਾਰੇ ਸਮੇਂ ਲਈ ਉਹ ਆਪਣੇ ਪਿੰਡ ਦੀ ਵੈਨ ਕਰਾਏ ਉੱਤੇ ਲੈ ਲਈ ਸੀ ਪੈਸੇ ਦੀ ਫਿਕਰ ਨਹੀਂ ਸੀ ਕਾਫੀ ਖੁੱਲਾ ਖਰਚ ਕਰ ਸਕਣ ਦੀ ਭੁੱਖੇ ਜੋ ਸੀ ਐਉਂ ਸਾਲਮ ਕੀਤੀ ਵੈਨ ਸਸਤੀ ਵੀ ਸੀ ਸੁਖਦਾਇਕ ਵੀ ਜਿਵੇਂ ਆਪਣੀ ਗੱਡੀ ਹੋਵੇ ਪੰਜ ਸਨ ਉਹ ਵੈਨ ਵਿੱਚ ਤਿੰਨ ਆਪ ਹੀ ਸਨ ਦੋ ਮੁੰਡੇ ਇੱਕ ਉਹ ਆਪ ਇੱਕ ਉਸ ਦਾ ਦੋਸਤ ਜੋ ਉਹਨੇ ਨਾਲ ਲੈ ਲਿਆ ਸੀ ਪੰਜਵਾਂ ਡਰਾਈਵਰ ਸੀ ਇਸ ਸਮੇਂ ਉਹ ਆਗਰਾ ਤੋਂ ਦਿੱਲੀ ਵੱਲ ਜਾ ਰਹੇ ਸਨ ਤੇ ਅੱਜ ਰਾਤ ਦਿੱਲੀ ਹੀ ਇੱਕ ਦੋਸਤ ਕੋਲ ਰਹਿਣਾ ਸੀ ਜੋ ਪਾਰਲੀਮੈਂਟ ਦਾ ਮੈਂਬਰ ਸੀ ਜਨਵਰੀ ਦਾ ਪਹਿਲਾ ਹਫਤਾ ਅੰਤ ਨੂੰ ਸ਼ੁਰੂ ਰਿਹਾ ਸੀ ਤੇ ਐਸ ਸਮੇਂ ਸ਼ਾਮ ਰਾਤ ਦੀਆਂ ਜੂਹਾਂ ਬਲਵਾਦ ਰਹੇ ਸੀ ਅਚਾਨਕ ਉਹਨਾਂ ਸੋਚਿਆ ਕਿ ਉਂਝ ਹੀ ਜਾਂ ਵੱਜਣ ਦੀ ਤਾਂ ਪਾਰਲੀਮੈਂਟ ਦੇ ਮੈਂਬਰ ਦੇ ਘਰ ਫੋਨ ਕਰ ਲੈਣਾ ਚਾਹੀਦਾ ਏ ਘਰ ਹੋਵੇ ਤਾਂ ਠੀਕ ਏ ਨਹੀਂ ਤਾਂ ਕਿਤੇ ਹੋਰ ਰਹਿਣ ਦਾ ਇਂਤਜ਼ਾਮ ਕੀਤਾ ਜਾਵੇ ਉਹ ਹੀ ਉਹ ਗੱਲ ਹੋਈ ਸੀ ਉਹਨਾਂ ਜਦੋਂ ਐ ਸਟੱਡੀ ਤੋਂ ਕਿਤੇ ਫੋਨ ਕੀਤਾ ਤਾਂ ਪਤਾ ਲੱਗਾ ਕਿ ਐਮਪੀ ਸਾਹਿਬ ਅੱਜ ਇੱਥੇ ਨਹੀਂ ਹਨ ਮਦਰਾਸ ਗਏ ਹੋਏ ਹਨ ਤੇ ਕੱਲ੍ਹ ਵਾਪਸ ਆ ਰਹੇ ਹਨ ਉਹਨਾਂ ਬਿਨਾ ਘਰ ਰਹਿਣ ਦਾ ਕੋਈ ਵੀ ਮਤਲਬ ਨਹੀਂ ਸੀ ਤਦ ਹੀ ਉਹਦੇ ਦੋਸਤ ਨੇ ਇੱਕ ਹੋਰ ਪਾਸੇ ਵੱਲ ਰêngਾ ਘੁਮਾਈ ਉਹਦਾ ਇੱਕ ਜਿਗਰੀ ਦੋਸਤ ਰੋਨੀ ਵਿਖੇ ਰਹਿ ਰਿਹਾ ਸੀ ਜਿਸ ਦਾ ਆਪਣਾ ਘਰ ਸੀ ਤੇ ਬੜਾ ਹੀ ਮਹਿਮਾਨ ਨਿਵਾਸੀ ਉਸ ਨੂੰ ਉਹ ਦੋਸਤ ਘਰ ਹੀ ਮਿਲ ਗਿਆ ਕਿਹਾ ਕਿ ਪੰਜ ਜਣੇ ਉਸ ਕੋਲ ਆ ਰਹੇ ਹਨ ਤੇ ਉਸ ਕੋ ਨਹੀਂ ਰਹਾਗੇ ਵੈਨ ਉਤਿਆਰ ਰਹੇ ਪੰਜਾਂ ਬਾਰੇ ਸਾਰਾ ਵਿਸਤਾਰ ਦੱਸ ਦਿੱਤਾ ਗਿਆ ਤਿੰਨ ਕੈਨੇਡਾ ਵਾਲੇ ਹਨ ਇੱਕ ਡਰਾਈਵਰ ਇਕ ਨੂੰ ਆਪ ਕੈਂਟੇ ਸਵਾ ਕੈਂਟੇ ਤੱਕ ਉਹ ਉਸ ਕੋਲਾਪੁੱਜੀ ਸਨ ਇੱਕ ਹੋਰ ਦੋਸਤ ਵੀ ਪੰਜਾਬ ਤੋਂ ਆਇਆ ਹੋਇਆ ਸੀ ਜੋ ਸ਼ਾਮੀ 5:00 ਵਜੇ ਨਾਲ ਹੀ ਉਸ ਕੋਲਾਪੁੱਜਾ ਸੀ ਜਦੋਂ ਠੀਕ ਹੋ ਗਿਆ ਸੀ ਮੇਜ਼ਬਾਨ ਖੋਸ ਸੀ ਮਹਿਫਲ ਜੀ ਬਣ ਗਈ ਸੀ ਡ్రਾਈਂਗ ਰੂਮ ਵਿੱਚ ਸਾਰੇ ਦੀਵਾਨ ਤੇ ਸੋਫਿਆਂ ਤੇ ਇਧਰ ਉਧਰ ਬੈ ਗਏ ਸਨ ਸਫ਼ਰ ਨਾਲ ਥੱਕੇ ਹੋਏ ਥੋੜਾ ਬਹੁਤ ਸਾਰੇ ਹੀ ਸਨ ਪਰ ਮੁੰਡੇ ਦੋਵੇਂ ਥੋੜਾ ਜਿਹਾ ਮੁਰਝਾਏ ਜੇ ਲੱਗ ਰਹੇ ਸਨ ਜਾਬਦਾਸੀ ਜਿਵੇਂ ਉਹਨਾਂ ਦਾ ਮਨ ਇੱਥੇ ਨਹੀਂ ਸੀ ਇਸ ਸਮੇਂ ਉਹ ਕਿਸੇ ਹੋਰ ਹੀ ठाਵੇਂ ਗਿਆ ਹੋਇਆ ਸੀ ਚੁੱਪਚਾਪ ਬੈਠੇ ਹੋਏ ਉਹ ਖਾਲੀ-ਖਾਲੀ ਅੱਖਾਂ ਨਾਲ ਕੰਦਾਵਲ ਜਾਂ ਐਦਰ-ਉਦਰ ਬਿਟ-ਬਿਟ ਤੱਕ ਰਹੇ ਸਨ ਜਿਵੇਂ ਉਹਨਾਂ ਕੋਲੋਂ ਕੁਝ ਗਵਾਚ ਗਿਆ ਹੋਵੇ ਗੁਲਾਬੀ ਨਾ ਰਿਹਾ ਹੁੰਦਾ ਹੋਵੇ ਮੇਜ਼ਬਾਨ ਨੇ ਚਾਹ ਪੁੱਛੀ ਜ਼ਿਆਦਾ ਸਮਾਂ ਹੀ ਨਹੀਂ ਸੀ ਤੇ ਚਾਹ ਉਹਨਾਂ ਰਾਹ ਵਿੱਚ ਵੀ ਕਿਤੇ ਪੀਲੀ ਹੋਈ ਸੀ ਕਾਫੀ ਬਾਰੇ ਪੁੱਛਿਆ ਕਾਫੀ ਵੀ ਨਹੀਂ ਸੀ ਚਾਹੀਦੀ 9:30 ਐਸ ਸਮੇਂ ਰਾਤ ਦੀ ਐਸ ਸਮੇਂ ਚਾਹ ਜਾਂ ਕਾਫੀ ਕਿਸੇ ਦੀ ਲੋੜ ਨਹੀਂ ਸੀ ਬਸ ਖਾਣਾ ਹੀ ਖਾਣਾ ਸੀ ਸੋ ਖਾਣਾ ਖਾ ਲਿਆ ਜਾਵੇਗਾ ਮੇਜ਼ਬਾਨ ਕੋਲ ਵਧੀਆ ਬਾਹਰ ਦੀ ਵਿਸਕੀ ਆਈ ਪਈ ਸੀ ਆਪ ਤਾਂ ਪਿੰਦਾਂ ਨੇ ਸੀ ਉਹ ਆਏ ਗਏ ਕਿਸੇ ਮਿੱਤਰ ਦੋਸਤ ਦੀ ਸੇਵਾ ਲਈ ਜ਼ਰੂਰ ਉਸ ਤੇ ਅੱਗੇ ਰੱਖੀ ਜਾ ਸਕਦੀ ਸੀ ਸੋ ਮੇਜ਼ ਉਤੇ ਕੱਚ ਦੇ ਗਲਾਸ ਤੇ ਵਿਸਕੀ ਦੀ ਸੁਨਹਿਰੀ ਬੋਤਲ ਰੱਖੀ ਗਈ ਅੰਡੇ ਬਣ ਕੇ ਆ ਗਏ ਸਰਾਦ ਦੀ ਪਲੇਟ ਤੇ ਸੇਬ ਵੀ ਆ ਗਏ ਕਿਚਨ ਵਿੱਚ ਅੰਦਰ ਖਾਣਾ ਤਿਆਰ ਹੋਣ ਲੱਗ ਪਿਆ ਸੀ ਮੁੰਡੇ ਇੰਡੀਆ ਆਏ ਸਨ ਇੰਡੀਆ ਦੀ ਦਾਲ ਸਬਜ਼ੀ ਇੰਡੀਆ ਦੀ ਮਿੱਠੀ ਡਿਸ਼ ਇੰਡੀਆ ਦੇ ਫਲ ਫਰੂਟ ਪਰੇ ਜਾਣ ਕੇ ਹੈਰਾਨੀ ਹੋਈ ਕਿ ਮੁੰਡੇ ਕਿਸੇ ਚੀਜ਼ ਨੂੰ ਵੀ ਮੂੰਹ ਨਹੀਂ ਲਾ ਰਹੇ ਸਨ ਠੀਕ ਹੈ ਸਿਆਲ ਸੀ ਤਰੇ ਦੇ ਦਿਨ ਵੀ ਨਹੀਂ ਸਨ ਤਾਂ ਵੀ ਸਭ ਨੂੰ ਆਉਂਦਿਆਂ ਹੀ ਕੱਚ ਦੇ ਗਲਾਸਾਂ ਵਿੱਚ ਪਾਣੀ ਦਿੱਤਾ ਗਿਆ ਤੇ ਸਭ ਨੇ ਥੋੜਾ ਥੋੜਾ ਪਾਣੀ ਪੀ ਵੀ ਲਿਆ ਸੀ ਪਰ ਇਹਨਾਂ ਦੂਆਂ ਮੁੰਡਿਆਂ ਨੇ ਪਾਣੀ ਨਹੀਂ ਪੀਤਾ ਕਿਹਾ ਗਿਆ ਕਿ ਐ ਇੱਥੋਂ ਦਾ ਪਾਣੀ ਪੀਂਦੇ ਨਹੀਂ ਹਨ ਬਿਮਾਰ ਹੁਣ ਤੋਂ ਡਰਦੇ ਆ ਮੇਂ ਜੁਬਾਨੇ ਆਖਿਆ ਕਿ ਹੁਣੇ ਸੋਡਾ ਆ ਜਾਂਦਾ ਕੋਕਾ ਕੋਲਾ ਆ ਜਾਂਦਾ ਥੰਮਜਪ ਆ ਜਾਂਦਾ ਪਰ ਕਿਹਾ ਗਿਆ ਨਹੀਂ ਇਹਨਾਂ ਨੂੰ ਇਹਨਾਂ ਦੀ ਲੋੜ ਨਹੀਂ ਐਨਾ ਐਵੀ ਪੀਣਾ ਨੇ ਬੜੀ ਅਜੀਬ ਗੱਲ ਸੀ ਆਖਰੀ ਪੀਂਦੇ ਕੀ ਸੰਨ ਫਿਰ ਕਾਕਾ ਤੁਸੀਂ ਫੇਰ ਕੁਝ ਹੋਰ ਪੀ ਲਓ ਮੇਜਬਾਨ ਨੇ ਆਖਿਆ ਪਰ ਉਹ ਕੁਝ ਨਹੀਂ ਬੋਲੇ ਦੂਜੀ ਵਾਰ ਫੇਰ ਆਖਿਆ ਫਿਰ ਉਹ ਬੋਲੇ ਨਹੀਂ ਬਸ ਉਹਨਾਂ ਥੋੜਾ ਜਿਹਾ ਨਾ ਆਖਣ ਲਈ ਸਿਰ ਹਿਲਾਇਆ ਉਹਨਾਂ ਨੂੰ ਕਾਕਾ ਲਫ਼ਜ਼ ਦੀ ਵੀ ਸਮਝ ਨਹੀਂ ਸੀ ਆ ਸਕੀ ਸ਼ਾਇਦ ਅਜਿਹੇ ਲਫ਼ਜ਼ ਉਹਨਾਂ ਦੇ ਕੰਨੇ ਪਾਏ ਹੀ ਨਹੀਂ ਸੰਨ ਕਦੇ ਐਨਾ ਵਿੱਚ ਜੋ ਖੰਡ ਤੇ ਸ਼ਹਿਦ ਵਰਗੀ ਮਿਠਾਸ ਸੀ ਉਹ ਉਸ ਤੋਂ ਜਾਣੋ ਨਹੀਂ ਸੰਨ ਕਾਫੀ ਪੀ ਲਓ ਨਹੀਂ ਉਹਨਾਂ ਉਮੀ ਹੀ ਨਾ ਕਹਿਣ ਲਈ ਸਿਰ ਹਿਲਾਇਆ ਐਨਾ ਚੰਗਾ ਚਾਹ ਤੇ ਕਾਫੀ ਉਹਨਾਂ ਨੂੰ ਸਮਝਾ ਰਹੇ ਸਨ ਖੈਰ ਕਾਫੀ ਤਾਂ ਸਮਝ ਸਕਣਾ ਉਹਨਾਂ ਲਈ ਮੁਸ਼ਕਲ ਨਹੀਂ ਸੀ ਐਂ ਅੰਗਰੇਜ਼ੀ ਲਫ਼ਜ਼ੀ ਸੀ ਤੇ ਫਿਰ ਉਹ ਖਾਣਗੇ ਕੀ ਆਖਰ ਕੁਝ ਤਾਂ ਖਾਣਗੇ ਹੀ ਕਦੇ ਦੱਸਿਆ ਗਿਆ ਕਿ ਅੰਡਿਆਂ ਦੇ ਇੱਕ ਇੱਕ ਦੋ ਦੋ ਸੈਂਡਵਿਚ ਵਿੱਚ ਲੈ ਲੈਣਗੇ ਥੋੜਾ ਸੇਬ ਖਾ ਲੈਣਗੇ ਪਾਣੀ ਨਹੀਂ ਪੀਣਗੇ ਕੀ ਪੀਣਗੇ ਕੁਝ ਵੀ ਨਹੀਂ ਬੜੀ ਅਜੀਬ ਗੱਲ ਸੀ ਇਹ ਮੁੰਡੇ ਸਨ ਕਿ ਕਪਹੇਲੀ ਆਖਰ ਕੁਝ ਤਾਂ ਪੀਣ ਗਈ ਉਹਨਾਂ ਨੂੰ ਉੱਥੇ ਬੈਠਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਜਿਵੇਂ ਬੱਧੇ ਰੁੱਧੇ ਜੇ ਉੱਥੇ ਸਭ ਵਿੱਚ ਬੈਠੇ ਸਨ ਤੇ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਅੱਖ ਥੱਕ ਜੇ ਚੁਕੇ ਸਨ ਇਹਨਾਂ ਦੀ ਉਹ ਨੀਂਦਰੀਆਂ ਤੇ ਥੱਕੀਆਂ-ਤਕੀਆਂ ਅੱਖਾਂ ਵਿੱਚ ਲਾਲ ਡੋਰੇ ਦਿਸ ਰਹੇ ਸਨ ਤੇ ਉਹ ਬਾਸੀਆ ਵੀ ਕੜੀ-ਮੁੜੀ ਲੈ ਰਹੇ ਸਨ ਵਿਸਕੀ ਉਹ ਪੀਂਦੇ ਨਹੀਂ ਸਨ ਟੀਨੇਜਰ ਹੋਣ ਕਰਕੇ ਉਹਨਾਂ ਨੂੰ ਅਜੇ ਇਸ ਪਾਸੇ ਵੱਲ ਪਾਇਆ ਹੀ ਨਹੀਂ ਗਿਆ ਸੀ ਬੀਅਰ ਵੀ ਪੀਣੀ ਨਹੀਂ ਸੀ ਉਹਨਾਂ ਨੂੰ ਉੱਜ ਵੀ ਹੁਣ ਬੀਅਰ ਦਿੱਲੀ ਵਿੱਚ ਨੇੜੇ ਮਿਲਨੀ ਨਹੀਂ ਸੀ ਕਿਤੇ ਵਰਜਦੇਰੀਆ ਹੁਣ ਕਰਨ ਖੈਰ ਜੇ ਮੇਲ ਵੀ ਜਾਂਦੀ ਤਾਂ ਉਹਨਾਂ ਪੀਣੀ ਹੀ ਨਹੀਂ ਸੀ ਇੰਡੀਆ ਦੀ ਬੀਅਰ ਉਹਨਾਂ ਨੂੰ ਤਾਂ ਕੈਨੇਡਾ ਦਾ ਖਾਣਾ ਪਾਣੀ ਮੁਆਫਕ ਸੀ ਸਾਹ ਜ਼ਰੂਰ ਉਹ ਇੱਥੇ ਦੀ ਹਵਾਵਾਂ ਵਿੱਚ ਲੈ ਰਹੇ ਸਨ ਐਸਲੀ ਮਜਬੂਰੀ ਸੀ ਵਸ ਚੱਲਦਾ ਸ਼ਾਇਦ ਉਹ ਇੱਥੇ ਸਾਹ ਵੀ ਲੈਣ ਤੋਂ ਬਚੇ ਹੀ ਰਹਿੰਦੇ ਉਹਨਾਂ ਦੀ ਉਤਕਤਾਹਟ ਵੇਖ ਕੇ ਮੇਜਬਾਨ ਨੇ ਆਖਿਆ ਕਿ ਇਹਨਾਂ ਨੂੰ ਤੇ ਕਮਰੇ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਹੈ ਬੈੱਡ ਲੱਗੇ ਹੋਏ ਹਨ ਉੱਪਰ ਉਹ ਉੱਪਰ ਰੈਸਟ ਕਰਨ ਉਹਨਾਂ ਨੂੰ ਸੈਂਡਵਿਚ ਆਦ ਉੱਥੇ ਹੀ ਪੁੱਜ ਜਾਣਗੀ ਐਥੇ ਮੋਰ ਹੋ ਰਿਹਾ ਐ ਐਵੇਂ ਕੀਤਾ ਗਿਆ ਸੀ ਮੇਜਬਾਨ ਨੇ ਆਖਿਆ ਕਾਕਾ ਪਾਣੀ ਪੀ ਲਵੋ ਸਾਡੇ ਫਿਲਟਰਡਾ ਪਾਣੀ ਆ ਫਿਲਟਰ ਲੱਗਾ ਹੋਇਆ ਵਾ ਸਾਡੇ ਫਿਲਟਰਡ ਪਾਣੀ ਆਖ ਨਾਲ ਉਹਨਾਂ ਨੇ ਪਾਣੀ ਪੀ ਲਿਆ ਰੱਜ ਰੱਜ ਕੇ ਪੀ ਲਿਆ ਨਹੀਂ ਤਾਂ ਉਹਨਾਂ ਨੇ ਉਵੇਂ ਬਿਨਾ ਪਾਣੀ ਹੀ ਗੁਜ਼ਾਰਾ ਕਰਨਾ ਸੀ ਸੈਂਡਵਿਚ ਵੀ ਅੰਡਿਆਂ ਵਾਲੇ ਉਹਨਾਂ ਨੇ 2-2 3-3 ਖਾਦੇ ਮੁੰਡੇ ਕਲੀਨ ਸ਼ੈਵਨ ਸਨ ਦੋਹਾਂ ਨੇ ਜੀਨਾਂ ਤੇ ਜਰਸੀਆਂ ਪੈਣੀਆਂ ਹੋਈਆਂ ਸਨ ਰੰਗ ਗੋਰੇ ਨਹੀਂ ਸਨ ਕਣਕਵੇਂ ਨੇ ਭਾਰਤੀ ਸਨ ਪਰ ਉਹ ਜੋ ਭਾਰਤੀ ਨਹੀਂ ਸਨ ਕੈਨੇਡੀਅਨ ਅੰਗਰੇਜ਼ ਸਨ ਕਲੀਨ ਸ਼ੈਵਨ ਬਾਪ ਵੀ ਸੀ ਪਰ ਉਹ ਪਿੱਛੋਂ ਪੂਰਾ ਸੂਰਾ ਪੰਜਾਬੀ ਭਾਰਤੀ ਸੀ ਉਹਨੂੰ ਆਪਣੇ ਭਾਰਤ ਨਾਲ ਪੰਜਾਬ ਨਾਲ ਪਿਆਰ ਸੀ ਉਹਨਾਂ ਦੇ ਉੱਤੇ ਜਾਣ ਪਿੱਛੋਂ ਉਹ ਸਾਰੇ ਵਿਸਕੀ ਪੀਂਦੇ ਰਹੇ ਤੇ دیر ਤੱਕ ਗੱਲਾਂ ਕਰਦੇ ਰਹੇ। ਉਹਨਾਂ ਨੇ ਉਹਨਾਂ ਦੇ ਬਾਪ ਨੂੰ ਪੁੱਛਿਆ ਕਿਹੋ ਜਿਹਾ ਲੱਗਾ ਫਿਰ? ਇਹਨਾਂ ਨੂੰ ਆਪਣਾ ਦੇਸ਼ ਇੰਡੀਆ। ਬੱਸ ਕਹਿੰਦੇ ਠੀਕ ਏ। ਟ੍ਰੈਫਿਕਾਂ ਦੇ ਬਹੁਤ ਆ। ਢੰਗ ਤਰੀਕਾ ਨਹੀਂ। ਕਦੇ ਗੱਡਾ ਆ ਜਾਂਦਾ ਮੋੜੇ, ਕਦੇ ਮੱਝ ਆ ਜਾਂਦੀ ਏ ਅੱਗੇ। ਕੱਚੀ ਥਾਂ ਵੀ ਬਹੁਤ ਆ। ਸੜਕਾਂ ਚੰਗੀਆਂ ਨਹੀਂ। ਲੋਕੀ ਉੱਚੀ ਬੋਲਦੇ ਹਨ। ਤਾਜਮਹਿਲ ਦੇਖਿਆ? ਹਾਂ, ਉਹ ਦਿਖਾਇਆ ਏ। ਕੀ ਕਹਿੰਦੇ ਸਨ ਦੇਖ ਕੇ? ਕਹਿੰਦੇ ਸਨ ਚੰਗਾ ਏ। ਬੱਸ ਕੇਵਲ ਚੰਗਾਈ ਪਾਸੇ ਨਹੀਂ ਗਿਆ ਸੀ ਦਰਬਾਰ ਸਾਹਿਬ ਅਨੁਸਾਰ ਹਾਂ ਉਹ ਵੀ ਦੇਖਿਆ ਉਸ ਬਾਰੇ ਕੀ ਕਹਿੰਦੇ ਸਨ ਬਸ ਇਹੋ ਹੀ ਠੀਕ ਏ ਬੋਲਦੇ ਥੋੜਾ ਯਾਰ ਇਹ ਤਾਂ ਆਪਣੇ ਦੇਸ਼ ਭਾਰ ਦੇ ਜੂਬੇ ਹਨ ਇੱਕ ਚੰਨ ਇੱਕ ਸੂਰਜ ਅਸਲ ਵਿੱਚ ਇਹਨਾਂ ਨੂੰ ਮੱਤ ਦਾਦਾ ਦਾ ਪਤਾ ਹੀ ਨਹੀਂ ਕਹਿੰਦੇ ਨਾਈਸ ਬਿਲਡਿੰਗਾਂ ਹਨ ਉਹਨੇ ਥੋੜਾ ਹੱਸ ਕੇ ਕਿਹਾ ਬਾਕੀ ਵੀ ਮੁਸਕਰਾ ਪਈ ਕੁਝ ਇਤਿਹਾਸ ਦੱਸ ਦੇਣਾ ਸੀ ਫਾਲੋ ਹੀ ਇਹ ਕਰਦੇ ਨਹੀਂ ਐਨੇ ਜੁਗੇ ਕਿੱਥੇ ਹਨ ਅਸਲ ਵਿੱਚ ਮੈਂ ਇਸ ਕਲੋਂ ਬਹੁਤ ਹੀ ਪਰੇਸ਼ਾਨ ਹਾਂ ਮੈਂ ਚਾਹੁੰਦਾ ਕਿ ਆਪਣੀ ਮਾਤਰਭੂਮੀ ਨਾਲ ਜੁੜਨ ਪਰ ਜਦੋਂ ਅਸੀਂ ਆਏ ਸੀ ਸਵੇਰ ਵੇਲੇ ਦਿੱਲੀ 에ਅਰਪੋਰਟ ਤੇ ਪੁੱਜੇ ਸੀ ਜਹਾਜ਼ ਲੈਂਡ ਕਰਨ ਲੱਗਾ ਮੇਰੇ ਮੂੰਹ ਆਪਣੇ ਆਪ ਹੀ ਆ ਗਈ ਮੇਰੀ ਮਾਤਰਭੂਮੀ ਮਾਤਰਭੂਮੀ ਨਮਸਕਾਰ ਦੇ ਲਫ਼ਜ਼ ਨਿਕਲ ਰਹੇ ਸਨ ਪਰ ਇਹ ਦੁਮੇ ਚੁੱਪ ਸਨ ਜਹਾਜ਼ ਵਿੱਚੋਂ ਲੱਥੇ ਤਾਂ ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਝੁਕਾਇਆ ਤੇ ਨਮਸਕਾਰ ਆਖਿਆ ਪਰ ਇਹ ਚੁੱਪ ਦੇ ਚੁੱਪ ਸਨ ਫੀਲਿੰਗ ਹੀ ਕੋਈ ਨਹੀਂ ਸਗੋਂ ਐਉਂ ਦੇਖਣ ਜਿਵੇਂ ਮੈਂ ਕੋਈ ਪੱਥਰ ਜੁਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ ਅਸਲ ਵਿੱਚ ਨਰਿੰਦਰ ਸਿੰਘ ਜੀ ਮੇਜਬਾਨ ਨੇ ਆਖਿਆ ਇਹ ਇੱਥੇ ਇਸ ਦੇਸ਼ ਨਾਲ ਫੈਮਿਲੀਅਰ ਨਹੀਂ ਹਨ ਤੇ ਨਾ ਹੀ ਹੋ ਸਕਦੇ ਹਨ ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ ਇਹਨਾਂ ਦਾ ਦੇਸ਼ ਕੈਨੇਡਾ ਹੈ ਇੱਥੇ ਇਹ ਕੇਵਲ ਜੰਮੇ ਹਨ ਜੰਮ ਕੋਈ ਕਿਤੇ ਵੀ ਸਕਦਾ ਬਚਪਨ ਕਿੱਥੇ ਬੀਤਿਆ ਕਿਸ ਮਾਹੌਲ ਵਿੱਚ ਬੀਤਿਆ ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ ਪਿਆਰ ਹੋ ਸਕਦਾ ਸੋ ਇਸ ਵਿੱਚ ਪਰੇਸ਼ਾਨ ਹੋਣ ਦੀ ਕੋਈ ਵੀ ਗੱਲ ਨਹੀਂ ਹੈ ਤੁਸੀਂ ਪਰੇਸ਼ਾਨ ਨਾ ਹੋਵੋ ਪਰੇਸ਼ਾਨ ਤਾਂ ਹੋਣਾ ਤੁਹਾਨੂੰ ਉੱਕਾ ਹੀ ਨਹੀਂ ਚਾਹੀਦਾ ਇਹ ਮੁੰਡੇ ਭਾਰਤੀ ਨਹੀਂ ਨਾ ਹੀ ਉਪਰੇ ਹੋ ਜਾਣੇ ਹਨ ਐਉਂ ਹੀ ਫਿਰ ਕਦੇ ਜਾ ਕੇ ਨਸਲਾਂ ਬਦਲ ਜਾਂਦੀਆਂ ਹਨ ਚੰਡੀਗੜ੍ਹ ਨੂੰ ਕਹਿੰਦੇ ਹਨ ਹਾਂ ਇਹ ਕੁਝ ਠੀਕ ਹੈ ਇੱਥੇ ਰਿਹਾ ਜਾ ਸਕਦਾ ਹੈ ਉਹ ਯੂਰਪ ਦੇ ਨੇੜੇ ਹੈ ਨਾ ਫ੍ਰਾਂਸੀਸੀ ਆਰਕੀਟੈਕਟ ਨੇ ਨਕਸ਼ਾ ਵਾਇਆ ਹੋਇਆ ਤੇ ਮਾਡਰਨ ਲੇਆਉਟ ਆਪੇ ਪਸੰਦ ਹੈ ਬਾਕੀ ਗੱਲਾਂ ਬਹੁਤੀਆਂ ਰਹਿਣ ਸਣ ਦੀਆਂ ਵੀ ਹੁੰਦੀਆਂ ਤੇ ਆਦਤ ਜੀ ਪੈ ਜਾਂਦੀਆਂ ਚੰਡੀਗੜ੍ਹ ਵਿੱਚ ਰਹਿਣ ਵਾਲੇ ਨੂੰ ਪਿੰਡ ਜਾ ਕੇ ਰਹਿਣਾ ਪਵੇ ਤਾਂ ਉਹਨੂੰ ਔਖੀ ਹੋ ਜਾਂਦੀ ਹੈ ਕਿੱਥੇ ਤਾਂ ਫਲਸ਼ ਟਟੀਆਂ ਕਿੱਥੇ ਬਾਹਰ ਖੇਤਾਂ ਵਿੱਚ ਜਾਣਾ ਪਿੰਡਾਂ ਵਿੱਚ ਰਹਿਣ ਵਾਲਾ ਵੀ ਚੰਡੀਗੜ੍ਹ ਵਿੱਚ ਆ ਕੇ ਪਰੇਸ਼ਾਨ ਜਿਹਾ ਹੋ ਜਾਂਦਾ ਇੱਕ ਬੁੱਢੀ ਤੇ ਬੁੱਢਾ ਆਪਣੇ ਪੁੱਤਰ ਕੋਲ ਚੰਡੀਗੜ੍ਹ ਆਏ ਮਾਈ ਨੂੰ ਚੰਡੀਗੜ੍ਹ ਟੱਟੀ ਨਾ ਆਵੇ ਅਖੇ ਘਰ ਦੇ ਵਿੱਚ ਹੀ ਟੱਟੀ ਟੱਟੀ ਦਾ ਬਾਹਰ ਚਾਹੀਦਾ ਕਰ ਵਾਲੇ ਨੂੰ ਆਖਣ ਲੱਗੀ ਚਲੋ ਜੀ ਚੱਲੀਏ ਪਿੰਡ ਤੇ ਜੇ ਦੇ ਨਹੀਂ ਪਿੰਡ ਮੋੜਾਈ ਤਾ ਤੀਨਾ ਉੱtre ਉਹਨੂੰ ਅਸਲੀ ਨਰੰجن ਸਿੰਘ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਉਹਨਾਂ ਦਾ ਇਹ ਦੇਸ਼ ਹੀ ਨਹੀਂ ਦੂਜੀ ਗੱਲ ਇਹ ਵੀ ਇੱਕ ਦੁਨੀਆ ਸਾਰੀ ਹੀ ਆਪਣੀ ਹੈ ਸਾਰੇ ਦੇਸ਼ ਆਪਣੇ ਹਨ ਹਿੰਦੁਸਤਾਨ ਆਰੀਆ ਦਾ ਦੇਸ਼ ਨਹੀਂ ਸੀ ਹੁੰਦਾ ਕਦੀ ਅੱਜ ਹੈ ਵੇ ਇਥੇ ਆਰੀਆ ਦਾ ਮੁਗਲ ਆਏ ਪਠਾਣ ਆਏ ਇਥੋਂ ਦੇ ਹੋਗੇ ਹਾਲਾਂਕਿ ਬਾਹਰੋਂ ਆਏ ਸਨ ਸੋ ਇਸ ਗੱਲ ਦੀ ਚਿੰਤਾ ਨਾ ਕਰੋ ਅੱਜ ਤਾਂ ਦੁਨੀਆ ਉਂਝ ਵੀ ਸਾਰੀ ਇੱਕ ਹੁੰਦੀ ਜਾ ਰਹੀ ਹੈ ਸਭਿਆਚਾਰ ਆਪੋ ਵਿੱਚ ਕਰਨਗੜੀਆਂ ਪਾ ਰਹੇ ਆ ਅੰਗਰੇਜ਼ਾਂ ਦੇ ਘਰ ਹਬਸ਼ਨਾ ਹਬਸ਼ੀਆਂ ਦੀਆਂ ਮੇਮਾਂ ਗੱਲ ਤਾਂ ਠੀਕ ਆ ਪਰ 11 11:30 ਸਨ ਸੌਣ ਦਾ ਵੇਲਾ ਹੋ ਗਿਆ ਨਰਿੰਦਰ ਸਿੰਘ ਨੂੰ ਉੱਤੇ ਮੁੰਡਿਆਂ ਕੋਲ ਹੀ ਭੇਜਿਆ ਗਿਆ ਸੀ ਜੋ ਉਹਨਾਂ ਦੀ ਲੋੜ ਅਨਸਾਰ ਉਹ ਉਹਨਾਂ ਦੀ ਖਬਰਗਿਰੀ ਰੱਖੇ ਕਿਉਂਕਿ ਉਹਨਾਂ ਦੀ ਮਾਨਸਿਕਤਾ ਦਾ ਜਿਨਾ ਉਸ ਨੂੰ ਪਤਾ ਸੀ ਕਿਸੇ ਹੋਰ ਨੂੰ ਨਹੀਂ ਸੀ ਇਸ ਲਈ ਉਹਨੂੰ ਉੱਤੇ ਉਹਨਾਂ ਕੋਲ ਹੀ ਸੌਣਾ ਚਾਹੀਦਾ ਸੀ ਬਾਕੀ ਸਾਰੇ ਆਦਰ ਉਦਰਾ ਅਡਜਸਟ ਹੋ ਗਏ ਕੋਠੀ ਵੱਡੀ ਨਹੀਂ ਸੀ ਦਿਲ ਜ਼ਰੂਰ ਕੋਠੀ ਵਾਲੇ ਮੇਜਬਾਨ ਦਾ ਵੱਡਾ ਸੀ 6 ਬੰਦੇ ਅਚਾਨਕ ਆਏ ਦਿੱਲੀ ਵਿੱਚ ਸਾਹਮਣੇ ਕੋਈ ਛੋਟੀ ਗੱਲ ਨਹੀਂ ਸੀ ਉਹ ਵੀ ਇੱਕ ਨੌਕਰੀ ਤੋਂ ਰਿਟਾਇਰ ਹੋਏ ਪ੍ਰੋਫੈਸਰ ਲਈ ਭਾਵੇਂ ਪੁੱਤਰ ਤੇ ਨੋਂ ਦੋਵੇਂ ਚੰਗੀਆਂ ਨੌਕਰੀਆਂ 'ਤੇ ਸਨ ਜੋ ਮਹਾਰਾਸ਼ਟਰ ਵਿੱਚ ਸਨ ਪਰ ਉਹ ਆਪਣੀ ਥਾਂ ਵਿੱਚ ਸਨ ਘਰ ਵਿੱਚੋਂ ਤਿੰਨ ਇੱਥੇ ਦਿੱਲੀ ਵਿੱਚ ਰਹਿ ਰਹੇ ਸਨ ਉਹ ਉਹਦੀ ਪਤਨੀ ਤੇ ਪੁੱਤਰੀ ਨੋਂ ਜੀ ਅੱਜ ਇਸ ਕੋਠੀ ਵਿੱਚ ਸੌ ਰਹੇ ਸਨ ਨਵਾਂ ਨਹੀਂ ਖਾਣਾ ਖਾਦਾ ਸਵੇਰ ਹੋਈ ਮੁੰਡੇ ਉੱਠੇ ਮੁੰਡੇ ਤੇ ਉਹਨਾਂ ਦਾ ਪਿਓ ਉਤੋਂ ਤਿਆਰ ਹੋ ਕੇ ਡ్రਾਈਇੰਗ ਰੂਮ ਵਿੱਚ ਆਏ ਸਨ ਤੇ ਐਸ ਸਮੇ ਉਹ ਇਧਰ ਉਧਰ ਸੋਫੇ ਉੱਤੇ ਬੈਠੇ ਸਨ ਟਾਈਲਰ ਤੇ ਬਾਥਰੂਮ ਉੱਤੇ ਵੀ ਬਣੇ ਹੋਏ ਸਨ ਐਸਲੂ ਐਸਕਮੋਂ ਤੋਂ ਫਾਰਗ ਹੋ ਕੇ ਆਏ ਸਨ ਟਾਈਲਰਸ ਇੰਗਲਿਸ਼ ਨਹੀਂ ਸੀ ਬੈਠਵੀਂ ਹਿੰਦੁਸਤਾਨੀ ਸੀ ਚਲੋ ਕਿਵੇਂ ਨਾ ਕਿਵੇਂ ਉਹਨਾਂ ਨੇ ਕੰਮ ਚਲਾ ਲਿਆ ਹੋਵੇਗਾ ਮੁੰਡਿਆਂ ਦੀ ਮੁਸ਼ਕਲ ਸੀ ਬਾਪ ਵੱਲੋਂ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਸੀ ਉਹੀ ਸਨ ਸਮੱਸਿਆ ਹੀਠਾ ਮੀ ਜੋ ਟਾਇਨਰ ਸੀ ਉਹ ਵੀ ਹਿੰਦੁਸਤਾਨੀ ਸੀ ਬਾਹਰ ਨਜ਼ਰ ਮਾਰੀ ਤਾਂ بارش ਪੈਂਦੀ ਨਜ਼ਰ ਆਈ ਜਨਵਰੀ ਦੀ بارش ਚਾਂਦੀ ਵਰਗੀ ਸਾਫ ਕਣੀ ਹਾਂ ਬਈ ਨੌਜਵਾਨੋ ਇੰਡੀਆ ਦੀ بارش ਵੇਖੋ ਦੁਨੀਆਂ ਵਿੱਚ ਇੰਨੀ ਸੋਹਣੀ بارش ਕਿਤੇ ਵੀ ਨਹੀਂ ਹੁੰਦੀ ਪਸ਼ੂ ਵਿੱਚ ਤਾਂ ਓਕਾ ਹੀ ਨਹੀਂ ਉਹਨਾਂ ਵਿੱਚੋਂ ਕਿਸੇ ਇੱਕ ਨੇ ਮੁੰਡਿਆਂ ਨੂੰ ਸੰਬੋਧਨ ਕੀਤਾ ਨਾ ਹੀ ਐਨੇ ਸੋਹਣੇ ਬੱਦਲ ਕਿਸੇ ਹੋਰ ਥਾਂ ਹੁੰਦੇ ਨੇ ਕਾਲੇ ਘਟਕਣ ਘੋਰ ਬੱਦਲ ਮੁੰਡੇ ਸਿਰਫ ਸੁਣਦੇ ਰਹੇ ਤੇ ਬਿਟਰ-ਬਿਟਰ ਤੱਕਦੇ ਰਹੇ ਮੂੰਹੋਂ ਕੁਝ ਵੀ ਬੋਲਨੇ ਨਹੀਂ ਐ ਜਨਵਰੀ ਦੇ ਦਿਨ ਹਨ ਇੰਡੀਆ ਦੀ ਧੁੱਪ ਵੀ ਬੜੀ ਖੂਬਸੂਰਤ ਹੁੰਦੀ ਹੈ ਜਨਵਰੀ ਦੇ ਦਿਨਾਂ ਵਿੱਚ ਪੀਲੀ-ਪੀਲੀ ਰੇਸ਼ਮੀ ਧੁੱਪ ਪੀਲੀ ਨਹੀਂ ਬਸੰਤੀ ਧੁੱਪ ਮੁੰਡੇ ਫੇਰ ਵੀ ਚੁੱਪ ਸਨ ਬਸ ਉਹ ਤੱਕਦੇ ਰਹੇ ਸਨ ਖਾਲੀ-ਖਾਲੀ ਅੱਖਾਂ ਨਾਲ ਐ ਬਸੰਤ ਦੇ ਦਿਨ ਹਨ ਕੋਈ ਦਿਨਾਂ ਤੱਕ ਲੋੜੀ ਹੈ ਫਿਰ ਬਸੰਤ ਆ ਜਾਵੇਗੀ ਉੰਜ ਐ ਸਾਰੀ ਹੁਣੇ ਤੋਂ ਬਸੰਤ ਰੁੱਤ ਚੱਲ ਰਹੀ ਐ ਇਹਨਾਂ ਨੂੰ ਕੀ ਪਤਾ ਐ ਜੀ ਇਹਨਾਂ ਸੁੰਦਰ ਤਾਈਆਂ ਦਾ ਅਹੀਂ ਤਾਂ ਮੈਨੂੰ ਦੁੱਖੇ ਉਹਨਾਂ ਦਾ ਪਿਤਾ ਬੋਲਿਆ ਇਹਨਾਂ ਨੂੰ ਆਪਣੇ ਆਪ ਦਾ ਤੇ ਆਪਣੇ ਦੇਸ਼ ਦਾ ਪਤਾ ਹੀ ਨਹੀਂ ਕਈ ਵਾਰ ਕਹਿ ਚੁੱਕੇ ਹਨ ਚਲੋ ਢੜ ਵਾਪਸ ਚਲੋ ਹਿੰਦੁਸਤਾਨ ਦੇ ਸੂਰਜ ਵਰਗਾ ਸੂਰਜ ਕਿਤੇ ਵੀ ਨਹੀਂ ਨਾ ਹੀ ਕਿਤੇ ਚੰਦਰਮਾ ਦੇਖਿਆ ਨਾ ਚੰਨ ਸੂਰਜ ਮੁੰਡਿਆਂ ਨੇ ਥੋੜਾ ਜਿਹਾ ਹੇਠਾਂ ਉੱਪਰ ਤੇ ਸਿਰ ਹਿਲਾਇਆ ਸਾਡੀ ਚੰਨ ਚਾਨਣੀ ਵੀ ਬਹੁਤ ਖੂਬਸੂਰਤ ਹੈ ਚੁੱਟੀ ਚੰਨ ਦੀ ਚਾਨਣੀ ਮੁੰਡੇ ਕੇਵਲ ਤੱਕਦੇ ਰਹੇ ਸਾਡੀ ਕਾਲੀ ਰਾਤ ਦਾ ਵੀ ਕੋਈ ਕਿਤੇ ਕੋਈ ਜਵਾਬ ਨਹੀਂ ਮਸਿਆ ਦੀ ਕਾਲੀ ਰਾਤ ਜਿਵੇਂ ਕਾਲੀ ਮਖਮਲ ਵਿੱਚ ਸਿਤਾਰੇ ਜੜੇ ਹੁੰਦੇ ਹਨ ਫਿਰ ਅੱਗੇ ਕਿਹਾ ਗਿਆ ਸਾਡਾ ਪਿੱਪਲ ਸਾਡਾ ਮੋਰ ਪਿੱਪਲ ਕੌਮੀ ਬਿਰਸ਼ ਹੈ ਮੋਰ ਸਾਡਾ ਕੌਮੀ ਪੰਛੀ ਹੈ ਮੁੰਡਿਆਂ ਦੀਆਂ ਅੱਖਾਂ ਉਵੇਂ ਖੁੱਲੀਆਂ ਤੇ ਖਾਲੀ ਸਨ ਸੱਚ ਅਨ ਦੇ ਨਾਂ ਕੀ ਹਨ ਨਾਂ ਦਾ ਇਹਨਾਂ ਦੇ ਪੁੱਛਿਆ ਹੀ ਨਹੀਂ ਕਿਉਂ ਬਈ ਨੌਜਵਾਨੋਂ ਕੀ ਹਨ ਤੁਹਾਡੇ ਨਾਂ ਇੱਕ ਦਾ ਨਾਂ ਹਰਿੰਦਰ ਦੂਜੀ ਦਾ ਨਾਂ ਗੁਰਿੰਦਰ ਉਹਨਾਂ ਦਾ ਬਾਪ ਬੋਲਿਆ ਕੈਨੇਡਾ ਵਿੱਚ ਆਪਣੇ ਆਪ ਨੂੰ ਇੱਕ ਹੈਰੀ ਖਮਾਉਂਦਾ ਦੂਜਾ ਦਾ ਨਾਂ ਗੈਰੀ ਚਲੋ ਬਹੁਤ ਠੀਕ ਹੈ ਬਹੁਤ ਸੁੰਦਰ ਨਾਂ ਹਨ ਮੁੰਡੇ ਕੁਝ ਨਹੀਂ ਬੋਲ ਰਹੇ ਸਨ ਵੀ 22 ਜਾਂ 25 ਦਿਨ ਉਹ ਇੱਥੇ ਹੋਣਗੇ ਆਖਿਰ ਉਹਨਾਂ ਦੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾਈਆਂ ਗਈਆਂ ਸੀਟਾਂ ਬੋਖ ਹੋਣ ਨਾਲ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਚਮਕ ਆ ਗਈ ਸੀ ਜਿਸ ਦਿਨ ਜਹਾਜ਼ ਉੱਡਿਆ ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿੱਚ ਤਾਂ ਹੰਝੂ ਛਲਕਾਏ ਸਨ ਪਰ ਉਹਨਾਂ ਦੋਹਾਂ ਦੀਆਂ ਅੱਖਾਂ ਵਿੱਚ ਚੰਨ ਸੂਰਜ ਦੀਆਂ ਕਿਰਨਾਂ ਤੇ ਤਾਰੇ ਚਮਕ ਰਹੇ ਸਨ ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਉੱਡਦੇ ਜਾ ਰਹੇ ਸਨ ਲਿਖਤ ਸੰਤੋਖ ਸਿੰਘ ਤੀਰ ਆਵਾਜ਼ ਜਸੀ ਸੰਧੂ ਫਿਰ ਮਿਲਦੇ ਆ ਇੱਕ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ